ਤੁਸੀਂ ਦੇਖ ਰਹੇ ਹੋ ਟੀਵੀ ਭਾਰਤ, ਮੈਂ ਤੁਹਾਡੇ ਨਾਲ ਇਤ ਰਮਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣਾ ਸਰਕਾਰੀ ਘਰ ਛੱਡ ਕੇ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਗੇ। ਆਖਰ ਇਹ ਨੌਬਤ ਕਿਉਂ ਆਈ ਹੈ, ਜਿਸ ਨੂੰ ਲੈ ਕੇ ਲੋਕ ਵੱਖ ਵੱਖ ਤਰੀਕੇ ਦੇ ਤੰਜ ਕੱਸ ਰਹੇ ਨੇ, ਵੱਖ ਵੱਖ ਤਰੀਕੇ ਦੀ ਪ੍ਰਤੀਕਿਰਿਆਵਾਂ ਦੇ ਰਹੇ ਨੇ। ਤੁਹਾਨੂੰ ਪੂਰਾ ਮਾਮਲਾ ਦੱਸਦੇ ਹਾਂ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਦੀਪ ਸਿੰਘ ਨਗਰ ਇਲਾਕੇ ਦੇ ਵਿੱਚ ਕਿਰਾਏ ਦੇ ਮਕਾਨ ਉੱਤੇ ਰਹਿਣਗੇ ਅਤੇ ਉਹਨਾਂ ਨੇ ਮਕਾਨ ਕਿਰਾਏ ਦੇ ਉੱਤੇ ਲੈ ਵੀ ਲਿਆ। ਇਸ ਮਕਾਨ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ, ਧੀ ਅਤੇ ਭੈਣ ਵੀ ਨਾਲ ਰਹਿਣਗੀਆਂ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਹੁਣ ਚੋਣਾਂ ਆਉਣਗੀਆਂ, ਉਸ ਚੋਣ ਨੂੰ ਲੈ ਕੇ ਭਗਵੰਤ ਮਾਨ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੇ ਅਤੇ ਇਸੇ ਕਾਰਨ ਜਲੰਧਰ ਦੇ ਵਿੱਚ ਰਹਿ ਕੇ ਉਹ ਪਾਰਟੀ ਅਤੇ ਸਰਕਾਰ ਦੀਆਂ ਮਾਝੇ ਅਤੇ ਦੁਆਬੇ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣਗੇ। ਮੁੱਖ ਮੰਤਰੀ ਮਾਨ ਹਫ਼ਤੇ ਦੇ ਵਿੱਚ ਘੱਟੋ ਘੱਟ 3 ਦਿਨ ਜਲੰਧਰ ਦੇ ਵਿੱਚ ਰਹਿਣਗੇ ਤਾਂ ਜੋ ਪਾਰਟੀ ਵਰਕਰਾਂ ਨਾਲ ਨਿਯਮਿਤ ਤੌਰ 'ਤੇ ਸੰਪਰਕ ਬਣਾ ਕੇ ਸੁਚੱਜਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਉੱਥੇ ਹੀ ਨਗਰ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਦੇ ਫੇਸਬੁੱਕ ਅਕਾਊਂਟ ਉੱਤੇ ਇਹ ਜਾਣਕਾਰੀ ਦਿੱਤੀ ਹੈ ਅਤੇ ਪੋਸਟ ਵਿੱਚ ਦੇ ਅਖੀਰ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜਨਤਾ ਦੀ ਸੇਵਾ ਪ੍ਰਤੀ ਅਜਿਹਾ ਸਮਰਪਣ ਅਤੇ ਧਿਆਨ ਹੀ ਆਪ ਨੂੰ ਦੂਜੀਆਂ ਪਾਰਟੀਆਂ ਨਾਲੋਂ ਵੱਖਰਾ ਬਣਾਉਂਦਾ ਹੈ ਅਤੇ ਇਸ ਦੀ ਪੂਰੀ ਦੇਖ ਰੇਖ ਦੀ ਜਿਹੜੀ ਜ਼ਿੰਮੇਵਾਰੀ ਹੈ ਮੁੱਖ ਮੰਤਰੀ ਦੇ OSD ਬਲਤੇਜ ਪੰਨੂ, ਰਾਜਵੀਰ ਸਿੰਘ ਘੁੰਮਣ ਅਤੇ ਸੁਖਵੀਰ ਸਿੰਘ ਕਰਨਗੇ। ਅਤੇ ਇਸ ਦੇ ਬਾਰੇ ਜਿਹੜੇ ਹੋਰ ਵੇਰਵੇ ਨੇ ਉਹ ਵੀ ਆਮ ਆਦਮੀ ਪਾਰਟੀ ਵੱਲੋਂ ਜਲਦ ਹੀ ਸਾਂਝੇ ਕੀਤੇ ਜਾਣਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਆਉਂਦੇ ਦਿਨੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਸਮੇਤ 4 ਹੋਰ ਜ਼ਿਮਨੀ ਚੋਣਾਂ ਹੋਣੀਆਂ ਨੇ ਅਤੇ ਇਸ ਪੋਸਟ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਉਪ ਚੋਣਾਂ ਦੇ ਵਿੱਚ ਆਪ ਜਿੱਤ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਜਾਣਕਾਰੀ ਮੁਤਾਬਕ ਦੀਪ ਨਗਰ ਦੇ ਵਿੱਚ ਕਿਰਾਏ 'ਤੇ ਮਕਾਨ ਲੈ ਲਿਆ ਹੈ ਅਤੇ ਉੱਥੇ ਪੂਰੇ ਪਰਿਵਾਰ ਸਣੇ ਮੁੱਖ ਮੰਤਰੀ ਭਗਵੰਤ ਮਾਨ ਹਫ਼ਤੇ ਦੇ ਘੱਟੋ ਘੱਟ 3 ਦਿਨ ਉੱਥੇ ਮੌਜੂਦ ਰਿਹਾ ਕਰਨਗੇ। ਸਭ ਤੋਂ ਪਹਿਲਾਂ ਇਹ ਮੌਕਾ ਹੈ ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਜਲੰਧਰ ਵਰਗੇ ਸ਼ਹਿਰ ਦੇ ਵਿੱਚ ਕਿਰਾਏ ਦੇ ਮਕਾਨ 'ਤੇ ਲੈ ਕੇ ਉਸਨੂੰ ਰਹਿਣ ਦੇ ਲਈ ਮਜਬੂਰ ਹੋ ਗਏ ਨੇ। ਸਰਕਾਰ ਦਾ ਸਾਰਾ ਕੰਮ ਕਾਜ ਵੀ ਉੱਥੋਂ ਦੇਖਿਆ ਜਾਵੇਗਾ ਅਤੇ ਉੱਥੇ ਹੀ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੂੰ ਹੁਣ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਮਿਲੀ ਹੈ, ਉਸ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੀਆਂ ਤਬਦੀਲੀਆਂ ਨੂੰ ਉਸ ਨੂੰ ਲੈ ਕੇ ਵੀ ਚਰਚਾ ਜ਼ੋਰਾਂ 'ਤੇ ਹੈ। ਹਾਲਾਂਕਿ ਮੁੱਖ ਮੰਤਰੀ ਕੈਂਪ ਨੇ ਪੰਜਾਬ ਮੰਤਰੀ ਮੰਡਲ ਦੇ ਵਿੱਚ ਤਬਦੀਲੀਆਂ ਹੋਣ ਦੀਆਂ ਖਬਰਾਂ ਦਾ ਖੰਡਨ ਵੀ ਕੀਤਾ ਅਤੇ ਉੱਧਰ ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣ ਲਈ ਆਮ ਆਦਮੀ ਪਾਰਟੀ ਲਈ ਇਹ ਇੱਕ ਵੱਡੀ ਚੁਣੌਤੀ ਬਣ ਗਈ ਹੈ ਕਿਉਂਕਿ ਇਸ ਹਲਕੇ ਦੇ ਵਿੱਚ ਰਣਨੀਤੀ ਬਣਾਉਣ ਦੇ ਲਈ ਕਮਾਂਡ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੈ ਅਤੇ ਹਾਲ ਹੀ ਦੇ ਵਿੱਚ ਲੋਕ ਸਭਾ ਨਤੀਜਿਆਂ ਤੋਂ ਬਾਅਦ ਜਿਸ ਤਰੀਕੇ ਦੇ ਨਤੀਜੇ ਆਏ ਨੇ ਉੱਥੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਵੱਡੇ ਅੰਤਰ ਦੇ ਨਾਲ ਬਾਜ਼ੀ ਮਾਰੀ ਹੈ ਅਤੇ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਹੈ। ਸੋ ਆਮ ਆਦਮੀ ਪਾਰਟੀ ਲਈ ਇਸ ਜ਼ਿਮਨੀ ਚੋਣ ਦਾ ਰਾਹ ਵੀ ਕੋਈ ਇੰਨਾ ਸੌਖਾ ਨਹੀਂ ਹੋਵੇਗਾ। ਉੱਧਰ ਜੇਕਰ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਲਾਈਵ ਹੋ ਕੇ ਜਲੰਧਰ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੰਦੇ ਵੀ ਨਜ਼ਰ ਆ ਰਹੇ ਨੇ। ਜਲੰਧਰ ਦੇ ਵਿੱਚ ਫਿਰ ਦੁਬਾਰਾ ਵੈਸਟ ਹਲਕੇ ਦਾ ਜਿਹੜਾ ਬਾਈ ਇਲੈਕਸ਼ਨ ਆਇਆ ਔਰ ਹਾਲਾਤ ਜਿਹੜੇ ਹੈ ਨਗਰ ਨਿਗਮ ਨੂੰ ਲੈ ਕੇ ਇੰਨੇ ਮਾੜੇ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਵਿਵਸਥਾ ਅੱਜ ਸੀਵਰੇਜ ਨੂੰ ਲੈ ਕੇ, ਪੀਣ ਵਾਲੇ ਸਾਫ਼ ਪਾਣੀ ਨੂੰ ਲੈ ਕੇ, ਸਟਰੀਟ ਲਾਈਟ ਨੂੰ ਲੈ ਕੇ, ਸਫਾਈ ਨੂੰ ਲੈ ਕੇ ਜਿਹੜੀ ਹੈ ਬਹੁਤ ਮਾੜੇ ਹਾਲਾਤ ਹੈ।
120 ਫੁੱਟੀ ਰੋਡ 'ਤੇ ਮਾਸਟਰ ਗੁਰਬੰਤਾ ਸਿੰਘ ਮਾਰਗ 'ਤੇ ਬਸਤੀ ਬਾਵਾ ਖੇਲ ਦਾਨਿਸ਼ਮੰਦਾ ਜੱਲੋਵਾਲ ਵਾਦੀ ਭਾਰਗੋ ਕੈਂਪ ਬੂਟ ਮਾਰਕੀਟ ਮੇਨ ਰੋਡ ਜਿੰਨੀਆਂ ਵੀ ਸੜਕਾਂ ਕਿਤੇ ਵੀ ਕੋਈ ਸਫਾਈ ਦਾ ਜਿਹੜਾ ਆਲਮ ਅੱਜ ਨਜ਼ਰ ਨਹੀਂ ਆਉਂਦਾ। ਸਟਰੀਟ ਲਾਈਟ ਦਾ ਸਭ ਤੋਂ ਜ਼ਿਆਦਾ ਬੁਰਾ ਹਾਲ ਆ। ਸੋ ਬੜੀ ਦਿੱਕਤ ਆ, ਬੜੀ ਤਕਲੀਫ ਆ ਲੋਕਾਂ ਨੂੰ। ਪਿਛਲੇ ਲਗਭਗ ਮੈਂ ਦੇਖ ਰਿਹਾ ਕਾਫੀ ਲੰਬੇ ਸਮੇਂ ਤੋਂ ਬਸਤੀ ਦਾਨਿਸ਼ਮੰਦਾ ਵਾਲੀ ਮੇਨ ਰੋਡ, 120 ਫੁੱਟੀ ਰੋਡ, ਬਾਬੂ ਜਗਜੀਵਨ ਰਾਮ ਚੌਂਕ ਵਗੈਰਾ, ਜਿੰਨੀਆਂ ਵੀ ਜਿਹੜੀਆਂ ਇਹਦੀ ਵਿਵਸਥਾ ਸਟਰੀਟ ਲਾਈਟ ਦੀ ਬੜੀ ਮਾੜੀ ਹੈ। ਸੋ ਬੜੀ ਵਾਰੀ ਅਫਸਰਾਂ ਨੂੰ ਕਿਹਾ, ਅੱਜ ਇਸ ਕਰਕੇ ਲਾਈਵ ਹੋ ਕੇ ਮੈਂ ਜਿਹੜਾ ਤੁਹਾਡੇ ਨਾਲ, ਤੁਹਾਡੇ ਸਾਹਮਣੇ, ਸਾਰਿਆਂ ਦੇ ਸਾਹਮਣੇ ਅੱਜ ਸਟਰੀਟ ਲਾਈਟ ਦੇ ਜਿਹੜਾ ਡਿਪਾਰਟਮੈਂਟ ਆ ਉਹਦੇ ਵਿੱਚ ਗੱਲ ਕਰਾਂਗਾ। ਫੋਨ ਮਿਲਾਇਓ ਜਰਾ ਉਹਦਾ। ਨਮਸਤੇ ਕਰਦੇ ਸਰ। ਨਮਸਕਾਰ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਜੈ ਗੁਰਦੇਵ। ਹਰਜਿੰਦਰ ਜੀ, ਕੀ ਹਾਲ ਚਾਲ ਆ ਤੁਹਾਡਾ? ਅੱਛਾ ਯਾਰ, ਮੇਰੀ ਗੱਲ ਸੁਣੋ ਇੱਕ ਮਿੰਟ। ਸਟਰੀਟ ਲਾਈਟ ਦਾ ਬੜਾ ਬੁਰਾ ਹਾਲ ਹੈ। ਸਟਰੀਟ ਲਾਈਟ ਹੈ ਜਿਹੜੀ 120 ਫੁੱਟੀ ਰੋਡ, ਬਸਤੀ ਦਾਨਿਸ਼ਮੰਦਾ ਮੇਨ ਰੋਡ, ਜਿਹੜੀ ਗੁਰੂ ਰਵਿਦਾਸ ਚੌਂਕ ਤੋਂ ਸੜਕਾਂ ਆਉਂਦੀਆਂ, ਜੱਲੋਵਾਲ ਵਾਦੀ ਹੈ, ਕੈਂਪ ਹੈ, ਯਾਰ ਸਾਰਾ ਏਰੀਆ ਚੰਗੇ ਤਰੀਕੇ ਨਾਲ ਚਲਾ ਦਿਓ। ਅੱਜ ਚਲੋ ਇੱਕ ਕੰਮ ਕਰੋ, ਅੱਜ ਇਹਦੀ ਸ਼ੁਰੂਆਤ ਕਰੋ। 120 ਫੁੱਟੀ ਰੋਡ ਤੇ ਕੁਛ ਕੋਈ ਪੋਰਸ਼ਨ ਹੈ ਜਿਹੜਾ ਅੱਜ ਨੂੰ ਚਲਾਓ। ਹੌਲੀ ਹੌਲੀ ਕਰਕੇ ਨਾ ਸਾਰਾ ਏਰੀਆ, ਜਿੰਨਾ ਸਟਰੀਟ ਲਾਈਟ ਜਿੱਥੇ ਜਿੱਥੇ ਵੀ ਹੈ, ਪੂਰੇ ਵੈਸਟ ਹਲਕੇ ਦੀ ਗੱਲ ਸੁਣੋ ਮੇਰੀ ਇੱਕ ਮਿੰਟ। ਤੁਸੀਂ ਆਪਣੀ ਨਾ ਚਲਾਈ ਜਾਓ, ਮੇਰੀ ਗੱਲ ਸੁਣੋ ਪਹਿਲਾਂ। ਵੈਸਟ ਹਲਕੇ ਦੀ ਬੂਟਾ ਮੰਡੀ ਤੋਂ ਲੈ ਕੇ ਤਾਂ ਸ਼ਹੀਦ ਬਾਬੂ ਲਾਭ ਸਿੰਘ ਨਗਰ ਤੱਕ ਕੋਈ ਏਰੀਆ ਇਹੋ ਜਿਹਾ ਨਾ ਰਹੇ ਜਿੱਥੇ ਲਾਈਟਾਂ ਨਾ ਚੱਲਣ। ਹੈਲੋ, ਆ ਮੈਂ ਲਾਈਵ ਹੋ ਕੇ ਗੱਲ ਕਰ ਰਿਹਾ, ਤੁਹਾਡੀ ਆਵਾਜ਼ ਵੀ ਲੋਕ ਸੁਣ ਰਹੇ ਸਾਰੇ, ਠੀਕ ਹੈ? ਲਾਈਟ ਪੂਰੀ ਚੱਲਣੀ ਚਾਹੀਦੀ ਹੈ, ਨਹੀਂ ਤਾਂ ਫਿਰ ਇਹ ਨਾ ਹੋਵੇ ਕਿ ਮੈਨੂੰ ਉਹੀ ਦੁਬਾਰਾ ਆਪਣੇ ਵਾਲਾ ਰੂਪ ਹੈ ਜਿਹੜਾ ਕੱਢਣਾ ਪਵੇ। ਕਿਰਪਾ ਕਰਕੇ ਇਹਨੂੰ ਕਰ ਦਿਓ। ਥੈਂਕ ਯੂ ਬ੍ਰਦਰ, ਥੈਂਕ ਯੂ ਜੀ, ਥੈਂਕ ਯੂ। ਦੇਖਦੇ ਹਾਂ ਇੱਕ ਦੋ ਦਿਨਾਂ ਦੇ ਵਿੱਚ ਕਿੱਥੇ ਕਿੱਥੇ ਕੀ ਕੀ ਫਰਕ ਪੈਂਦਾ, ਕਿੱਥੇ ਕਿੱਥੇ ਲਾਈਟਾਂ ਠੀਕ ਕਰਦੇ ਆ। ਜਿੱਥੇ ਕਰਨਗੇ ਉਹ ਵੀ ਤੁਹਾਡੇ ਧਿਆਨ 'ਚ ਲਿਆਵਾਂਗੇ, ਜਿੱਥੇ ਨਹੀਂ ਕਰਨਗੇ ਉਹ ਵੀ ਤੁਹਾਨੂੰ ਦੱਸਾਂਗੇ। ਸੋ ਇਸ ਹਲਕੇ ਦੀ ਜਿਹੜੀ ਸੇਵਾ ਪਿਛਲੇ ਸਮੇਂ ਵੀ ਕੀਤੀ ਹੈ, ਹੁਣ ਵੀ ਕਰਾਂਗੇ। ਪਾਰਟੀ ਹੈ ਜਿਹੜੀ, ਕਿਉਂਕਿ ਸ਼ੀਤਲ ਅੰਗਰਾਲ ਜੀ ਇੱਥੋਂ MLA ਹੈ, ਔਰ ਮੈਂ ਇਹ ਮਤਲਬ ਆਸ ਕਰਦਾ ਕਿ ਪਾਰਟੀ ਦੁਬਾਰਾ ਉਹਨਾਂ ਨੂੰ ਮਾਨ ਸਤਿਕਾਰ ਦੇਵੇਗੀ, ਟਿਕਟ ਦੇਵੇਗੀ, ਲੜਾਏਗੀ, ਔਰ ਅਸੀਂ ਡਟ ਕੇ ਲੜਾਂਗੇ। ਇਸ ਲੜੀ ਦੋ ਦੋ ਤਿੰਨ ਤਿੰਨ ਘੰਟੇ ਕਈ ਇਲਾਕੇ ਆ ਜਿਨ੍ਹਾਂ ਦੇ ਵਿੱਚ ਕੱਟ ਲੱਗ ਰਿਹਾ, ਬੰਦ ਰਹਿੰਦੀ ਹੈ। ਸੋ ਲੋਕਾਂ ਨੂੰ ਬੜੀ ਇਹਦੀ ਵੀ ਦਿੱਕਤ ਹੈ, ਇਹਦੇ 'ਤੇ ਵੀ ਆਪਾਂ ਕੰਮ ਕਰਾਂਗੇ। ਸੋ ਤੁਸੀਂ ਫਿਕਰ ਨਾ ਕਰਿਓ, ਤੁਹਾਡੀ ਸੇਵਾ ਲਈ ਹਰ ਦਮ ਜਿਹੜੇ ਹਾਜ਼ਰ ਰਹਾਂਗੇ। ਬਹੁਤ ਬਹੁਤ ਧੰਨਵਾਦ। ਲੋਕਾਂ ਦਾ ਪੱਖ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਮੁੱਖ ਮੰਤਰੀ ਕਿਸ ਤਰੀਕੇ ਨਾਲ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ 'ਤੇ ਰਹਿਣਗੇ, ਅਤੇ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਮਾਂ ਨੂੰ ਹਰ ਦਾ ਡਰ ਸਤਾ ਰਿਹਾ, ਇਸ ਕਰਕੇ ਉਹ ਕਿਰਾਏ ਦੇ ਮਕਾਨ ਲੈਣ ਦੀ ਨੌਬਤ ਤੱਕ ਆ ਗਈ ਹੈ। ਦੇਖੋ ਜੀ, ਮੈਨੂੰ ਲੱਗਦਾ ਇਹ ਪੋਲੀਟੀਕਲ ਸਟੰਟ ਹੈਗਾ ਵਾ, ਕਿਰਾਏ ਦੇ ਮਕਾਨ ਲੈ ਲਿਆ ਕੇ ਨਾ, ਅਤੇ ਬਾਕੀ ਹੋਰ ਇਹ 'ਚ ਕੁਛ ਨਹੀਂ, ਇਹ ਪਿਓਰ ਸਿਆਸਤ ਹੈਗੀ ਹੈ, ਹੋਰ ਕੁਛ ਨਹੀਂ ਹੋ ਰਹੀ। ਅਤੇ ਜਿੱਥੋਂ ਤੱਕ ਆਪ ਦੀ ਗੱਲ ਹੈ ਜੀ, ਆਪ ਤਾਂ ਵੈਸੇ ਵੀ ਜਿਹੜੀ ਜਿੱਤੀ ਹੈ ਨਾ, ਉਹ ਤਾਂ
ਉਹ ਤੇ ਜਿੱਥੋਂ ਮੇਰਾ ਖਿਆਲ ਆ ਕਿ ਉਹਦੇ ਜਿੱਤਣ ਦਾ ਪਹਿਲਾ ਕਾਰਨ ਇਹ ਸੀ ਕਿ ਉਹ ਪਬਲਿਕ ਦਾ ਵਿਰੋਧ ਸੀ ਅਕਾਲੀਆਂ ਤੇ ਕਾਂਗਰਸ ਦੇ ਖਿਲਾਫ, ਉਹਦੀ ਵਿਰੋਧਤਾ ਕਰਕੇ ਉਹ ਆਪ ਬੈਨੀਫਿਟ ਲੈ ਗਈ ਸੀ। ਪਰ ਹਾਂ, ਜੇ ਪਹਿਲਾਂ ਜਿੱਤੀ ਵੀ ਹੈ ਨਾ ਤਾਂ ਉਹਦਾ ਉਹਨੇ ਕੁਛ ਕੀਤਾ ਨਹੀਂ ਆ, ਸਿਰਫ ਉਹ ਵਿਰੋਧਤਾ ਸੀ। ਅਤੇ ਹੁਣ ਜਿਹੜੀਆਂ ਉਹਨੇ ਪਬਲਿਕ ਨੇ ਉਹਨੂੰ ਸੀਟਾਂ ਨਹੀਂ ਦਿੱਤੀਆਂ ਤਾਂ ਇਹਦਾ ਮਤਲਬ ਹੈ ਕਿ ਉਹ ਆਪ 'ਚ ਇੰਟਰਸਟਿਡ ਨਹੀਂ ਹੈਗੀਆਂ। ਉਹਨਾਂ ਨੂੰ ਇੱਕ ਅੱਛੀ ਪਾਰਟੀ, ਇੱਕ ਸੁਲਝੀ ਪਾਰਟੀ ਲੋੜ ਹੈ, ਜਿਵੇਂ ਹੁਣ ਕਾਂਗਰਸ ਅੱਗੇ ਉੱਭਰ ਕੇ ਆਈ ਹੈ। ਅਤੇ ਜੋ ਮੇਰਾ ਇਹ ਮੁਰਾਦ ਹੈ ਕਿ ਵੀ ਆਪ ਸ਼ਾਇਦ ਨਹੀਂ ਆਏਗੀ, ਆਪ ਦਾ ਕੋਈ ਫਾਇਦਾ ਨਹੀਂ ਹੈ, ਉਹ ਕੁਛ ਕਰ ਨਹੀਂ ਸਕਦੇ। ਨਹੀਂ, ਆਪ ਦਾ ਕੋਈ ਸਟੈਂਡ ਨਹੀਂ ਹੈਗਾ ਇਸ ਟਾਈਮ, ਮੈਨੂੰ ਨਹੀਂ ਲੱਗਦਾ ਆਪ ਦਾ ਕਿਤੋਂ ਨਜ਼ਰ ਹੀ ਨਹੀਂ ਆ ਰਿਹਾ, ਕਿਉਂਕਿ ਬਾਕੀ ਤਾਂ ਮੈਂ ਯਾਰ ਜਾਣਦਾ ਤਾਂ ਨਹੀਂ ਹਾਂ, ਪਰ ਆਪ ਦੇ ਵਿੱਚ ਕੁਛ ਦਮ ਨਹੀਂ ਹੈ। ਨਹੀਂ, ਉਹ ਫ੍ਰੀ ਦਾ ਤਾਂ ਕੋਈ ਫਾਇਦਾ ਨਹੀਂ ਨਾ, ਇਹ ਕੋਈ ਏਜੰਡਾ ਹੋਇਆ ਨਹੀਂ ਨਾ। ਫ੍ਰੀ ਨੂੰ ਅਸੀਂ ਕੀ ਕਰਨਾ, ਜਿਹੜਾ ਜਿਹੜਾ ਪੰਜਾਬ 'ਤੇ ਕਰਜ਼ਾ ਹੈਗਾ, ਠੀਕ ਹੈ ਨਾ, ਉਹ ਤਾਂ ਬਰਕਰਾਰ ਹੈ ਅਤੇ ਵੱਧ ਗਿਆ ਹੈ ਨਾ, ਉਹ ਅੱਗੇ ਉਲਟਾ ਇਹਦੇ 'ਚ ਬੜੋਤਰੀ ਹੋਈ ਹੈ। ਅਤੇ ਦੂਸਰੀ ਗੱਲ, ਆਪ ਦੇ 'ਚ ਸਟੈਂਡ ਇਸ ਕਰਕੇ ਨਹੀਂ ਕਿਉਂਕਿ ਭਗਵੰਤ ਮਾਨ ਨੂੰ ਤਾਂ ਮੈਂ ਲੱਗਦਾ ਬਣਦਾ ਹੀ ਨਹੀਂ ਕਿ ਵੀ ਹਾਂ ਭਗਵੰਤ ਮਾਨ ਕੋਈ ਉਹਦੇ ਕੋਈ IQ ਲੈਵਲ ਹੈਗਾ ਬੰਦੇ ਦਾ, ਬਈ ਕਿ ਉਹ ਕੁਛ ਲੈ ਕੇ ਜਾ ਸਕਦਾ ਪੰਜਾਬ ਨੂੰ। ਪੰਜਾਬ ਵੈਸੇ ਵੀ ਬੜਾ ਹੀ ਟੇਢੀ ਖੀਰ ਹੈ, ਪਰ ਭਗਵੰਤ ਮਾਨ ਦੇ ਵਾਸਤੇ ਰੋਗ ਨਹੀਂ ਹੈਗਾ, ਆਪ ਨਹੀਂ ਕਰ ਸਕਦੀ ਉਹਨੂੰ ਹੈਂਡਲ। ਦੂਜੀ ਗੱਲ, ਤਾਂ ਦਿੱਲੀ ਦੇ ਵੈਸੇ ਆਪ ਨੂੰ ਕੁਛ ਮਿਲਿਆ ਨਹੀਂ, ਅਤੇ ਇੱਥੋਂ ਹੈ ਨਾ, ਅਤੇ ਦਿੱਲੀ ਵੀ ਹਾਰ ਗਈ, ਅਤੇ ਇੱਥੋਂ ਪਤਾ ਚੱਲਦਾ ਵਾ ਕਿ ਜੇ ਦਿੱਲੀ ਹਾਰ ਗਈ ਤਾਂ ਉਹ ਆਪ ਪੰਜਾਬ ਨੂੰ ਕੀ ਕਰਨਾ। ਸੋ ਜਿੱਥੋਂ ਮੇਰੇ ਖਿਆਲ ਆਪ ਦਾ ਕੋਈ ਸਟੈਂਡ ਹੈਗਾ, ਆਪ ਨਹੀਂ ਕੁਛ ਕਰ ਸਕਦੀ, ਇਹ ਉਹਨਾਂ ਦੀ ਇਨਸਿਕਿਉਰਿਟੀ ਹੈ ਨਾ, ਕਿਉਂਕਿ ਉਹ ਹਾਰੇ ਬੜੀ ਬੁਰਤਰ ਹੈ, ਪੰਜਾਬ 'ਚ ਸਿਰਫ 3 ਸੀਟਾਂ ਲੈ ਕੇ ਗਏ, ਉਹ ਹਾਰ ਗਏ ਨਾ ਵਿਧਾਨ ਸਭਾ ਚੋਣਾਂ, ਹਾਰੇ ਆ ਬੜੀ ਲੋਕ ਸਭਾ ਸੋਰੀ ਹਾਰੇ ਆ, ਜੇ ਚੋਣ ਸਿਰਫ ਆਈ ਥਿੰਕ ਜਿੱਥੇ ਮੇਰਾ ਖਿਆਲ ਆ 3 ਸੀਟਾਂ ਹੀ ਮਿਲੀਆਂ ਪੰਜਾਬ 'ਚ, ਅਤੇ ਉਹ ਇੱਕ ਉਹਨਾਂ ਦੀ ਇਨਸਿਕਿਉਰਿਟੀ ਆ ਗਈ ਵੀ ਕਿਤੇ ਇਹ ਨਾ ਹੋ ਜਾਵੇ ਕਿ ਵੀ ਹੈ ਨਾ ਬਿਲਕੁਲ ਲੋਕ ਭੁੱਲ ਹੀ ਜਾਣ, ਅਤੇ ਉਹ ਇੱਕ ਹਿਸਾਬ ਦਾ ਉਹ ਆਪਣੀ ਇੱਕ ਬੇਕਾਰ ਕੋਸ਼ਿਸ਼ ਕਰ ਰਹੇ ਆ। ਅਤੇ ਮੈਨੂੰ ਤਾਂ ਜਿੱਥੋਂ ਮੇਰਾ ਖਿਆਲ, ਮੇਰਾ ਪੁਆਇੰਟ ਆਫ ਇਹੀ ਆ ਕਿ ਉਹਨਾਂ ਨੂੰ ਕੁਛ ਮਿਲੇਗਾ ਨਹੀਂ ਇਹ 'ਚੋਂ। ਕੀ ਲੱਗਦਾ ਸਾਖ ਬਚਾਉਣ ਦੀ ਗੱਲ? ਹਾਂਜੀ ਹਾਂਜੀ, ਬਸ ਇਹੀ ਹੈ ਕਿ ਜੀ ਉਹਨੂੰ ਲੱਗਦਾ ਹੁਣ ਪਿੱਛੇ ਭਗਵੰਤ ਮਾਨ ਦਾ ਬਿਆਨ ਵੀ ਆਇਆ ਸੀ ਦੇਖੋ ਕੀ ਗਲਤੀ ਹੋ ਗਈ, ਸਾਨੂੰ ਸੀਟਾਂ ਨਹੀਂ ਮਿਲੀਆਂ ਨਾ, ਅਤੇ ਉੱਥੋਂ ਪਤਾ ਚੱਲ ਜਾਂਦਾ ਕਿ ਵੀ ਉਹ ਘਬਰਾਏ ਹੋਏ ਆ, ਅਤੇ ਚਲੋ ਜੋ ਬਚਦਾ ਉਹ ਬਚਾਈਏ। ਦੇਖੋ ਪਹਿਲੇ 2-3 ਚੀਜ਼ਾਂ ਤਾਂ ਸ਼ੁਰੂ ਤੋਂ ਚੱਲਦੀ ਆ ਰਹੀ, ਇੱਕ ਤਾਂ ਇੱਥੇ ਨਸ਼ਾ ਬਹੁਤ ਹੈ ਨਾ ਨਸ਼ਾ, ਦੂਸਰਾ ਅਨਇੰਪਲੋਇਮੈਂਟ ਵੱਧ ਗਈ ਹੈ, ਚੋਰੀਆਂ ਠੱਗੀਆਂ ਜੋ ਚੱਲ ਰਿਹਾ, ਔਰ ਇਹਦੇ 'ਤੇ ਕੋਈ ਗੱਲ ਹੀ ਨਹੀਂ ਹੋ ਰਹੀ, ਠੀਕ ਹੈ, ਫ੍ਰੀ ਹਰ ਚੀਜ਼ ਫ੍ਰੀ ਕਰੀ ਜਾ ਰਹੇ, ਇੱਥੋਂ ਅਨਪ੍ਰੋਫੈਸ਼ਨਲ ਨਜ਼ਰ ਆ ਰਹੇ ਕਿਤੋਂ, ਕਿ ਲੱਗ ਨਹੀਂ ਰਿਹਾ ਵੀ ਹਾਂ ਵੀ ਇਹਨਾਂ ਕੋਈ ਸਮਝ ਹੈਗੀ ਇਸ ਚੀਜ਼ ਦੀ, ਕੋਈ ਪੋਲੀਟੀਕਲ ਸਮਝ ਹੈਗੀ ਆ, ਜਾਂ ਫਿਰ ਕੋਈ ਲੋਕਾਂ ਦੇ ਵੀ ਦੀ ਸਹੀ ਨਬਜ਼ ਫੜ ਰਹੇ ਆ। ਅਤੇ ਇਹੀ ਚੀਜ਼ ਬਹੁਤ ਪਹਿਲਾਂ ਅਕਾਲੀ ਕਰਦੇ ਸੀ, ਬਹੁਤ ਪਹਿਲਾਂ ਕਰਦੇ ਸੀ, ਜਦੋਂ ਅਗਰ ਕੁਛ ਨਹੀਂ ਹੋਣਾ ਤਾਂ ਉਹਦੇ ਕਬੱਡੀ ਦੇ ਟੂਰਨਾਮੈਂਟ ਕਰਵਾ ਦਿੰਦੇ ਸੀ, ਚਲੋ ਲੋਕਾਂ ਨੂੰ ਆਰੇ ਲਾ ਦਿਓ, ਹੈ ਨਾ, ਲੇਕਿਨ ਤਰੱਕੀ ਵਾਸਤੇ ਕੁਛ ਨਹੀਂ ਹੋ ਰਿਹਾ। ਹਾਂ, ਇਹ ਕਹਿ ਸਕਦੇ, ਕਿਉਂਕਿ ਇਸ ਵਾਰ ਜਨਤਾ ਨੇ ਕੁਛ ਸੋਚਿਆ ਸੀ, ਸੋਚਿਆ ਹੈਗਾ, ਸਹੀ ਸੋਚਿਆ ਕਿ ਹਾਂ ਵੀ ਉਹਨਾਂ ਨੇ ਕਾਂਗਰਸ ਨੂੰ ਮੌਕਾ ਦਿੱਤਾ, ਕਾਂਗਰਸ ਵੱਲ ਦੇਖ ਕੇ ਲੱਗ ਰਿਹਾ ਕਿ ਹਾਂ ਕੁਛ ਉਹ ਕੁਛ ਕਰ ਰਹੀ ਹੈ, ਆਪ ਵੱਲ ਦੇਖ ਕੇ ਤਾਂ ਲੱਗ ਰਿਹਾ, ਆਪ ਜਸਟ ਆਪਣੀ ਉਹ ਸਾਗ ਬਚਾ ਰਿਹਾ, ਪ੍ਰੋਫੈਸ਼ਨਲਿਜ਼ਮ ਨਹੀਂ ਪਾ, ਜੋ ਸਹੀ ਬੜੀ ਯੂਜ਼ ਕਰੀ ਨਾ, ਅਤੇ ਉਹਨਾਂ ਦੇ ਉਹ ਸਮਝ ਨਹੀਂ ਪਾ ਰਹੇ, ਪੰਜਾਬ ਨੂੰ ਸਮਝ ਨਹੀਂ ਪਾ ਰਹੇ, ਜੇ ਮੈਂ ਇੱਥੋਂ ਇਹ ਕਹਾਂ, ਉਹਨਾਂ ਨੂੰ ਥੋੜ੍ਹਾ ਹੋਰ ਗਹਿਰੇ ਚਿੰਤਨ ਦੀ ਲੋੜ ਹੈਗੀ, ਚਿੰਤਨ ਦੀ ਲੋੜ ਹੈ। ਹਾਂ, ਦੇਖੋ ਜੀ, ਉਹ ਜੇ CM ਸਾਡੇ ਉੱਥੇ ਆਏ ਆ, ਆਪ ਉਹ ਆਪਣੀ ਲੋੜ ਨੂੰ ਆਏ ਆ, ਠੀਕ ਹੈ ਜੀ, ਉਹਨਾਂ ਨੂੰ ਪਤਾ ਕਿ ਸਾਡਾ ਸੀਟ ਜਾ ਰਹੀ ਇੱਥੋਂ, ਇਸ ਕਰਕੇ ਉਹ ਆਏ ਆ ਕਿ ਸਾਡੀ ਸੀਟ ਵਾਪਸ ਮਿਲੇ, ਉਹਨਾਂ ਨੂੰ ਵੋਟਾਂ ਪੈਣੀਆਂ ਨਹੀਂ ਚਾਹੀਦੀਆਂ, ਠੀਕ ਹੈ ਜੀ, ਜੇ ਆਪ ਨੇ ਜਿੰਨੇ ਕੰਮ ਕੀਤਾ ਆਪਾਂ ਉਹ ਕੰਮ ਦੇਖਣਾ ਆਪਾਂ, ਠੀਕ ਹੈ ਜੀ, ਤੁਹਾਨੂੰ ਜਿੱਦਾਂ ਦੇਖੋ ਜੀ ਸਾਡੀ ਵੀ ਇੰਨੀ ਉਮਰ ਹੋ ਗਈ, ਦੇਖੋ ਅਸੀਂ ਤਾਂ ਅੱਜ ਤੱਕ ਫ੍ਰੀ ਵਾਲਾ ਸਿਸਟਮ ਕਦੀ ਨਹੀਂ ਵੇਖਿਆ ਹੈ, ਜੋ ਆਪਾਂ ਅੱਜ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਚਲ ਜਾਈਏ ਤੇ ਅੱਜ ਵੀ ਉਹਨਾਂ ਨੂੰ ਡਰ ਵਾ ਕਿ ਆਪ ਦੀ ਸਰਕਾਰ ਬੈਠੀ ਉੱਤੇ, ਠੀਕ ਹੈ ਜੀ, ਅੱਜ ਵੀ ਕੰਮ ਦੀ ਉਮੀਦ ਆ ਤੇ ਅੱਗੇ ਤੇ ਸਭ ਇੱਕੋ ਜਿਹੇ ਹੀ, ਕਿ ਮਤਲਬ ਗੁੰਡਾਗਰਦੀ ਜ਼ਿਆਦਾ ਹੈ, ਇਸ ਕਰਕੇ ਅਸੀਂ ਤੇ ਚਾਹੁੰਦੇ ਆ ਕਿ ਉਹ ਚਲੋ ਜਿਹੜੀ ਵੋਟਾਂ ਪੈ ਰਹੀਆਂ ਤੇ ਪੈਣਗੀਆਂ ਤੇ ਉਹ ਆਪ ਦੀ ਹੀ ਸੀਟ ਆਵੇ ਉਹਨਾਂ ਨੂੰ। ਹੋਰ ਦੇਖੋ ਜੀ, ਜਿੰਨਾ ਕੁਛ ਮਿਲ ਰਿਹਾ ਜੀ ਉਸ ਤੋਂ ਆਪਾਂ ਸੈਟੀਸਫਾਈਡ ਹੋਈਏ, ਬਾਕੀ ਜਿਹੜੇ ਹੋਰ ਵੀ ਮੁੱਦੇ ਹੌਲੀ ਹੌਲੀ ਕਲੀਅਰ ਹੋਣਗੇ, ਸਮਾਂ ਲੱਗਦਾ ਹਰ ਚੀਜ਼ ਨੂੰ,
ਅਜੇ ਤਾਂ ਕੁਝ ਥੋੜ੍ਹਾ ਸਮਾਂ ਅਜੇ ਆਏ ਨੂੰ ਹੋਇਆ ਅਤੇ ਆਪਾਂ ਚਾਹੁੰਦੇ ਕਿ ਉਹ ਦੁਬਾਰਾ ਆਉਣ ਅਤੇ ਉਹ ਹੌਲੀ ਹੌਲੀ ਕੰਮ ਸਾਰੇ ਕਰੰਟ ਜੀ ਦੇਖੋ ਜੀ ਆਪਣੇ ਵੇਖੋ ਮੇਨ ਆ ਜੀ ਆਪਣੇ ਜਿਹੜੀਆਂ ਮੇਨ ਜਿਹੜੀਆਂ ਰੋਡ ਦੇ ਉੱਤੇ ਘੁੰਮਣ ਵਾਲੀਆਂ ਗੱਡੀਆਂ ਜਾਂ ਕੋਈ ਵੀ ਆ ਉਹਦੇ ਵਾਸਤੇ ਉਹਨਾਂ ਨੇ ਪੁਲਿਸ ਲਾ ਦਿੱਤੀ ਆ ਜੀ ਗੱਡੀਆਂ ਦੇ ਦਿੱਤੀਆਂ SS ਲਾ ਦਿੱਤੀ ਆ ਜੀ ਠੀਕ ਹੈ ਜੀ ਉਹ ਵੇਖੋ ਕਿੱਡਾ ਵਧੀਆ ਕੰਮ ਕੀਤਾ ਉਹਨਾਂ ਨੇ ਮੈਂ ਹਰ ਜਗ੍ਹਾ ਜਾਣਾ ਜਿਹੜੇ ਮਰਜ਼ੀ ਸ਼ਹਿਰ 'ਚ ਜਾਂਦਾ ਵਾਂ ਕਸਬੇ 'ਚ ਜਾਂਦਾ ਜੀ ਉੱਥੇ ਗੱਡੀ ਉਹਨਾਂ ਦੀ ਖੜੀ ਹੁੰਦੀ ਆ ਇਹਦਾ ਮਤਲਬ ਕਿ ਉਹ ਡਿਊਟੀ 'ਤੇ ਆ ਹੋਰ ਆਪਾਂ ਹੌਲੀ ਹੌਲੀ ਉਹ ਜਿੱਦਾਂ ਜਿੱਦਾਂ ਕੰਮ ਕਰਨਗੇ ਆਪਾਂ ਨੂੰ ਦਿਖ ਰਹੇ ਆ ਕੰਮ ਇਹ ਸਾਰੀ ਦੁਨੀਆ ਨੂੰ ਦਿਖ ਰਹੇ ਆ ਹੋਰ ਜੀ ਆਪਾਂ ਜਿੱਦਾਂ ਨਸ਼ਾ ਵਾ ਜਿਹੜਾ ਹੌਲੀ ਹੌਲੀ ਦੇਖੋ ਹਰ ਚੀਜ਼ ਨੂੰ ਸਮਾਂ ਲੱਗਦਾ ਅਤੇ ਆਪਾਂ ਜਿਹੜਾ ਚਾਹੁੰਦੇ ਹਾਂ ਕਿ ਨਸ਼ਾ ਵੀ ਕਢਾਇਆ ਜਾਵੇ ਠੀਕ ਹੈ ਜਿਹੜਾ ਨਸ਼ਾ ਜਿਹੜਾ ਆਉਣ ਡਿਆ ਉਹ ਬੰਦ ਕੀਤਾ ਜਾਵੇ ਮੈਂ ਇਸ ਬੇਸ 'ਤੇ ਇਹੀ ਗੱਲ ਕਰਾਂਗੀ ਕਿ ਪਹਿਲਾਂ ਜੋ ਹੋ ਰਿਹਾ ਸੀ ਇਹਨਾਂ ਨੇ ਜਿੱਦਾਂ ਪਹਿਲਾਂ 2022 'ਚ ਵੋਟਾਂ ਨੇ ਜਿੱਤੀਆਂ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਇਹਨਾਂ ਨੇ ਬਹੁਤ ਉਮੀਦ ਦਵਾਈ ਸੀਗੇ ਹਾਂ ਇਹ ਕਰਾਂਗੇ ਜਾਂ ਇਹ ਕਰਾਂਗੇ ਬਟ ਅੱਜ ਜੇ ਇੱਧਰ ਹਾਰੇ ਨੇ ਅਤੇ ਆਪਣੇ ਕਹਿਣ ਦੇ ਮਤਲਬ ਕਮਜ਼ੋਰੀਆਂ ਥਰੂ ਹੀ ਹਾਰੇ ਕਿ ਜੋ ਇਹਨਾਂ ਨੇ ਪਹਿਲਾਂ ਹੀ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਕਰ ਪਾਏ ਅਤੇ ਇਸ ਕਰਕੇ ਇਹਨਾਂ ਨੂੰ ਐਰਕੀ ਲੋਕਾਂ ਨੇ ਹੀ ਕਰਾਰਾ ਜਵਾਬ ਦਿੱਤਾ ਹੈ ਹਾਰ ਇਹਨਾਂ ਨੂੰ ਸਮਝਣਾ ਚਾਹੀਦਾ ਇਸ ਚੀਜ਼ ਨੂੰ ਅੱਜ ਇੱਧਰ ਆਪਣਾ ਕੀ ਕਹਿੰਦੇ ਆ ਧਰਨਾ ਲਾ ਕੇ ਅੱਜ ਬਹਿ ਵੀ ਜਾਂਦੇ ਜਾਂ ਉੱਥੇ ਬਹਿੰਦੇ ਆ ਕਿ ਮਹੀਨਾ ਦੋ ਮਹੀਨੇ ਨਹੀਂ ਕੋਈ ਅੱਛਾ ਰਿਜ਼ਲਟ ਨਹੀਂ ਹੈਗਾ ਇਹਨਾਂ ਵਾਸਤੇ ਕਿਉਂਕਿ ਉਹ ਉਮੀਦਾਂ ਇਹਨਾਂ ਨੇ ਜੋ ਲੋਕਾਂ ਨੂੰ ਕਿਹਾ ਸੀ ਆਹ ਕਰਾਂਗੇ ਉਹ ਕੁਛ ਨਹੀਂ ਕਰ ਪਾਏ ਇਸ ਚੀਜ਼ 'ਤੇ ਆਪਣੇ ਮੋਦੀ ਸਾਹਿਬ ਆਏ ਸੀ ਉਹ ਨੀ ਜਿੱਤ ਪਾਏ ਭਾਜਪਾ ਨੀ ਜਿੱਤੀ ਤੇ ਜਿਤਾ ਸਕੇ ਤੇ ਇਹ ਫਿਰ ਇਹ ਜਿੰਨੇ ਮਰਜ਼ੀ ਡਰਾਮੇ ਹੋ ਰਹੇ ਹੁਣ ਜੀ ਉੱਥੇ ਬਹਿ ਜਾਣਗੇ ਆ ਕੇ ਤੇ ਇੱਦਾਂ ਨਹੀਂ ਲੋਕ ਹੁਣ ਸਿਆਣੇ ਹੋ ਗਏ ਜੀ ਕਾਰਨ ਇਹੀ ਆ ਕਿ ਦੇਖੋ ਪਹਿਲਾਂ ਕਹਿੰਦੇ ਅਸੀਂ ਚਿੱਟਾ ਨੀ ਆਉਣ ਦੇਵਾਂਗੇ ਸਾਡੇ ਵੋਟ ਪਾਓ ਅਸੀਂ ਸਾਰਿਆਂ ਨੂੰ ਨੱਥਾ ਪਾ ਦਾਂਗੇ ਕੀ ਨੱਥਾ ਪਈਆਂ ਦੇਖੋ ਚਿੱਟਾ ਸ਼ਰਿਆਂ ਵਿਕ ਰਿਹਾ ਲੋਕੀ ਲਾ ਰਹੇ ਆ ਚਿੱਟਾ ਜਿਹੜਾ ਚਿੱਟਾ ਲਾਉਂਦਾ ਉਹ ਦੁਖੀ ਨਹੀਂ ਆ ਦੁਖੀ ਉਹਦੇ ਪਿੱਛੇ ਮਾਪੇ ਨੇ ਠੀਕ ਹੈ ਉਹ ਲੁੱਟ ਹੋ ਕਰਕੇ ਚਿੱਟਾ ਲਾਉਂਦਾ ਆਪਣਾ ਜਗਾੜ ਕਰਦਾ ਚਿੱਟਾ ਲਾ ਲੈਂਦਾ ਹੈ ਬਾਕੀ ਜੋ ਉਹਨਾਂ ਨੂੰ ਹਰਜਾਨਾ ਉਹਨੇ ਮਾਂ ਪਿਓ ਨੂੰ ਭੁਗਤਣਾ ਪੈਂਦਾ ਆਪ ਤੇ ਉਹ ਨਸ਼ੇ 'ਚ ਪੂਰਾ ਧੁੰਨ ਹੋਇਆ ਹੁੰਦਾ ਯਾਨੀ ਕਿ ਨਸ਼ੇ 'ਚ ਅਤੇ ਜਿਹੜਾ ਹਰਜਾਨਾ ਉਹ ਫਿਰ ਮਾਂ ਪਿਓ ਨੂੰ ਭੁਗਤਣਾ ਪੈਂਦਾ ਉਹ ਕਿੰਨੇ ਦੁਖੀ ਆ ਅਤੇ ਇਹ ਉੱਥੇ ਜੋ ਬਹਿਣ ਲੋਕਾਂ ਬਹਿਣਦੇ ਨੇ ਅਤੇ ਆਪਣੇ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੀ ਮਾਵਾਂ ਦਾ ਹਾਲ ਪੁੱਛਿਆ ਜਿਹੜੇ ਚਿੱਟਾ ਲਾਉਂਦੇ ਨੇ ਨੂੰ ਬਾਕੀਆਂ ਦੇ ਘਰਾਂ 'ਚ ਜਾ ਜਾ ਕੇ ਇਹਨਾਂ ਨੇ ਕੀਤਾ ਸਰਵੇ ਕੀਤਾ ਇਹ ਵਿਜਿਟ ਕੀਤੀ ਆ ਪਰ ਇਹ ਆ ਕਿ ਜਿਨ੍ਹਾਂ ਦੇ ਪੁੱਤ ਚਿੱਟਿਆਂ ਦੇ ਲੱਗੇ ਹੋਏ ਆ ਉਹਨਾਂ ਘਰੇ ਜਾ ਕੇ ਵੇਖਣ ਕੀ ਹਾਲ ਆ ਕਹਿੰਦੇ ਇੰਨੀਆਂ ਨੌਕਰੀਆਂ ਦਵਾਤੀਆਂ ਇੰਨੇ ਕੰਮ ਕਰਤੇ ਗਰੀਬਾਂ ਨੂੰ ਅਸੀਂ ਘਰ ਵੀ ਦਿੱਤੇ ਆ ਅਤੇ ਚਿੱਟਿਆਂ ਵੱਲ ਜਾਓ ਉਹਨਾਂ ਨੂੰ ਨੌਕਰੀਆਂ ਦਿਓ ਸ਼ਾਇਦ ਉਹ ਵੀ ਸੁਧਰ ਸਕਣ ਬਾਕੀ ਨਹੀਂ ਹੋਣ ਜੋ ਮਰਜ਼ੀ ਕਰ ਲੈਣ ਜੋ ਮਰਜ਼ੀ ਕਹਿਣ ਨਹੀਂ ਹੋਣ ਨਹੀਂ ਇਹਨਾਂ ਦਾ ਕਿਉਂਕਿ ਲੋਕ ਇਹਨਾਂ ਤੋਂ ਬਹੁਤ ਅੱਕ ਗਏ ਆ ਤੋ ਇਹਨਾਂ ਦੀ ਇਹੀ ਹਾਰ ਹੀ ਇਹਨਾਂ ਨੂੰ ਹੁਣ ਕਹਿ ਲਓ ਕਿ ਬਹੁਤ ਵੱਡੀ ਇਹਨਾਂ ਨੂੰ ਉਹ ਆ ਆਪਣਾ ਸਿੱਖ ਕਿ ਕਿੰਨੀ ਹਾਰ ਜਾਣੀ ਕਿ ਕਿਤੋਂ ਨਹੀਂ ਇਹਨਾਂ ਨੂੰ ਵੋਟ ਮਿਲੀ ਲੋਕਾਂ ਨੇ ਨਹੀਂ ਜਿਤਾ ਪਾਏ ਲੋਕ ਇਹਨਾਂ ਨੂੰ ਸੁਧਾਰ ਇਹੀ ਆ ਕਿ ਸਰ ਦੇਖੋ ਸੁਧਾਰ ਕੇ ਪਹਿਲਾਂ ਤੇ ਨਸ਼ਾ ਹੈ ਤੇ ਨਸ਼ੇ ਤੇ ਸੁਧਾਰ ਕਰਨ ਬਾਕੀ ਦੂਜੀ ਗੱਲ ਇਹ ਆ ਕਿ ਆਪਣਾ ਜਿੱਦਾਂ ਚੋਰੀਆਂ ਠੱਗੀਆਂ ਸ਼ਰੇਆਮ ਹੋ ਰਹੀਆਂ ਨੇ ਗੋਲੀਆਂ
ਸ਼ਰੇਆਮ ਚੱਲ ਰਹੀਆਂ, ਮੇਨ ਮਾਰਕੀਟ ਪਬਲਿਕ ਪਲੇਸ ਤੇ ਚੱਲ ਰਹੀਆਂ ਗੋਲੀਆਂ, ਇਹਨਾਂ ਦੇ ਸੁਧਾਰ ਕਰਨੇ ਨੇ ਬਸ ਇਹ ਤੇ ਆ ਸਕਦੇ 27 ਹਾਂਜੀ ਬਿਲਕੁਲ ਸੁਧਾਰ ਕਰਨ ਦਾ ਹਾਂਜੀ ਫਿਰ ਹੈ ਚਾਂਸ ਪਰ ਨਹੀਂ ਇਹਨਾਂ ਨੇ ਜੋ ਡਰਾਮਾ ਪਹਿਲਾਂ ਕੀਤਾ ਇਹ ਹੋਣਾ ਨਹੀਂ ਹੈ ਸਰ, ਹੁਣ ਭਾਵੇਂ ਜਿੰਨਾ ਮਰਜ਼ੀ ਕਹਿ ਲੈਣ ਨਹੀਂ ਪਰ ਇਹ ਨਹੀਂ ਜਿੱਤ ਸਕਦੇ ਜੀ। ਹੁਣ ਵੇਖਣਾ ਹੋਵੇਗਾ ਕਿ ਆਖਿਰਕਾਰ ਇੱਕ ਪਾਸੇ ਤਾਂ ਮੁੱਖ ਮੰਤਰੀ ਮਾਨ ਦੇ ਵੱਲੋਂ ਆਪਣੀ ਇਸ ਪੂਰੀ ਜ਼ਿਮਨੀ ਚੋਣ ਦੀ ਕਮਾਂਡ ਆਪਣੇ ਹੱਥ ਦੇ ਵਿੱਚ ਲੈ ਲਈ ਗਈ ਹੈ ਤਾਂ ਦੂਸਰੇ ਪਾਸੇ ਲੋਕਾਂ ਦੇ ਵੱਲੋਂ ਤੰਜ ਕੱਸੇ ਜਾ ਰਹੇ ਨੇ, ਪਰ ਕੀ ਮੁੱਖ ਮੰਤਰੀ ਵੱਲੋਂ ਇਹ ਲਿਆ ਗਿਆ ਫੈਸਲਾ ਘਰ ਮਕਾਨ ਜਿਹੜਾ ਕਿਰਾਏ 'ਤੇ ਲਿਆ ਉਹ ਕਿੰਨਾ ਕੁ ਸਫਲ ਹੋਵੇਗਾ, ਕਿੰਨਾ ਕੁ ਇਹ ਪੈਂਤਰਾ ਜਿਸਨੂੰ ਲੋਕ ਸਿਆਸੀ ਸਟੰਟ ਦੱਸ ਰਹੇ ਇਹ ਕਿੰਨਾ ਕੁ ਕਾਮਯਾਬ ਹੋਵੇਗਾ ਜਲੰਧਰ ਵੈਸਟ ਦੀ ਚੋਣ ਦੇ ਵਿੱਚ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਆਖਿਰਕਾਰ ਤੁਹਾਡੀ ਇਸ ਬਾਰੇ ਕੀ ਰਾਏ ਹੈ, ਤੁਸੀਂ ਕੀ ਚਾਹੁੰਦੇ ਹੋ, ਕੀ ਸੋਚਦੇ ਹੋ ਕਿ ਆਖਿਰਕਾਰ ਇਸ ਤਰੀਕੇ ਨਾਲ ਇੱਕ ਮੁੱਖ ਮੰਤਰੀ ਦੇ ਵੱਲੋਂ ਜਲੰਧਰ ਜਾ ਕੇ ਪੂਰੇ ਪੰਜਾਬ ਨੂੰ ਦੇਖਣਾ ਅਤੇ ਆਮ ਲੋਕ ਜਿਸ ਤਰੀਕੇ ਨਾਲ ਪ੍ਰਤੀਕਿਰਿਆ ਦੇ ਰਹੇ ਨੇ ਅਤੇ ਸਿਆਸੀ ਲੋਕ ਜਿਸ ਤਰੀਕੇ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਕਿ ਉਸ ਤੋਂ ਬਾਅਦ ਲੱਗਦਾ ਆਮ ਆਦਮੀ ਪਾਰਟੀ ਮੁੜ ਤੋਂ ਸੱਤਾ ਦੇ ਵਿੱਚ ਉਸੇ ਵੱਡੇ ਦਾਅਵੇ ਦੇ ਨਾਲ ਵੱਡੀਆਂ ਸੀਟਾਂ ਦੇ ਨਾਲ ਮੁੜ ਤੋਂ ਵਾਪਸੀ ਕਰ ਸਕੇਗੀ।